ਦਾ ਨਾਂ ਰੱਖਿਆ ਵਿਦਵਾਨਾਂ ਨੇ ਕਤਲਗੜ੍ਹ ਸਾਹਿਬ, ਕਿਉਂਕਿ 10 ਲੱਖ ਬੰਦਾ 40 ਦਾ ਕਤਲ ਹੀ ਕਰਦਾ। ਮੁਕਾਬਲੇ ਵਾਲੀ ਤੇ ਗੱਲ ਹੀ ਕੋਈ ਨਹੀਂ। ਅਖਬਾਰਾਂ ਦੀਆਂ ਖਬਰਾਂ ਬੋਲਦੀਆਂ, ਆਪਣੇ ਬੱਚੇ ਨੂੰ ਆਪਰੇਟ ਕਰਨ ਲੱਗੇ ਕਹਿੰਦੇ ਸਰਜਨ ਕੋਈ ਹੋਰ ਮੰਗਾ ਲੈਂਦੇ ਹਾਂ। ਇਤਿਹਾਸ ਦਾ ਪੰਨਾ ਬੋਲੇਗਾ, ਗੁਰੂ ਦੇ ਪੁੱਤਰਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ, ਨਹੀਂ ਤੇ ਆਗਿਆਕਾਰੀ ਪੋਤੀ ਰਹਿ ਜਾਣੀ ਸੀ। ਪੁੱਤ ਪਾਲਣ ਲਈ ਪਤਾ ਕਿੰਨੇ ਸਾਲ ਲਾਏ ਮਹਾਰਾਜ ਨੇ? 18 ਸਾਲ, ਤੇ ਸਾਰੀਆਂ ਸ਼ਹੀਦੀਆਂ ਲਈ 1 ਹਫ਼ਤਾ ਹੀ ਲੱਗਿਆ। 1 ਹਫ਼ਤੇ 'ਚ ਮਹਾਰਾਜ ਨੇ ਘਰ ਖਾਲੀ ਕਰ ਦਿੱਤਾ ਤੇ ਆਖਿਆ ਸੀ ਸੌਦਾ ਸਸਤਾ ਨਹੀਂ, ਬੜਾ ਮਹਿੰਗਾ ਸੌਦਾ ਕੀਤਾ, ਵਾਰੇ 4 ਨੇ ਤੇ ਮਿਲ ਗਏ 1000 ਹੀ। ਪਰ ਉਹਨਾਂ 1000 ਵਿੱਚ ਮੇਰਾ ਨਾਂ ਆਉਂਦਾ ਕਿ ਨਹੀਂ ਆਉਂਦਾ ਮੈਨੂੰ ਪਤਾ, ਤੇ ਤੁਹਾਡਾ ਆਉਂਦਾ ਕਿ ਨਹੀਂ ਆਉਂਦਾ ਤੁਹਾਨੂੰ ਪਤਾ। ਓਏ ਸਿੱਖ ਦਾ ਬੱਚਾ ਹੋਵੇ ਤੇ ਇਹਨਾਂ 7 ਦਿਨਾਂ ਦੇ ਵਿੱਚ ਸ਼ਹਾਦਤਾਂ ਦੇ ਸਫ਼ਰ ਦੇ ਨਾਲ ਹਮ ਸਫ਼ਰ ਬਣਨ ਦੀ ਥਾਂ ਤੇ ਵਿਆਹ 'ਚ ਭੰਗੜਾ ਪਾਉਂਦਾ ਫਿਰੇ। ਕਮੇਟੀਆਂ ਨੂੰ ਫੈਸਲਾ ਲੈਣਾ ਚਾਹੀਦਾ। ਨਾਮ ਕਾ ਅਜੀਤ ਹੂੰ, ਜੀਤਾ ਨਾ ਜਾਊਂਗਾ, ਜੀਤਾ ਗਿਆ ਤੋ ਵਾਪਸ ਜੀਤਾ ਨਾ ਆਊਂਗਾ। ਸਾਹਿਬਜ਼ਾਦੇ ਨੇ ਮੱਥੇ ਤੇ ਪਾਈ ਅਣਖ ਦੀ ਤਿਉੜੀ, ਹਰਕੇ ਡੋਲੇ ਰੋਹ ਜਾਗਿਆ, ਗਗਨ ਮਾਮਾ ਬਾਜਿਓ ਪਰਿਓ ਨਿਸ਼ਾਨੇ ਕਹੋ, ਫਿਰ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾ ਤੀਰ ਛੱਡਦਾ ਤਨੀਰ ਖਿੱਚ ਖਿੱਚ ਕੇ।
ਸ਼ਹੀਦਾਂ ਦੀ ਬਸਤੀ ਇਹ ਬਣਦੀ ਨਾ ਸਸਤੀ, ਇਹ ਮਿਲਦੀ ਹੈ ਉਹਨੂੰ ਮਿਟਾਉਂਦਾ ਜੋ ਹਸਤੀ। ਹਸਤੀ ਦੇ ਪਿੱਛੇ ਪਿਆ ਨੂੰ ਸ਼ਹੀਦਾਂ ਦਾ ਰੁਤਬਾ ਨਹੀਂ ਮਿਲਦਾ। ਸ਼ਹੀਦਾਂ ਦਾ ਰੁਤਬਾ ਪਾਉਣ ਵਾਸਤੇ ਹਸਤੀ ਮਿਟਾਉਣੀ ਪੈਂਦੀ ਹੈ। ਸਾਧ ਸੰਗਤ ਜਿਨ੍ਹਾਂ ਬਾਬਿਆਂ ਦੀ ਯਾਦ ਵਿੱਚ ਜੁੜ ਬੈਠੇ ਹੋ, ਆ ਐਸੇ ਤਰ੍ਹਾਂ ਦੀ ਠੰਡ ਦੇ ਵਿੱਚ ਜਿਵੇਂ ਆਪਾਂ ਨੂੰ ਅੱਜ ਰਸਤਾ ਨਹੀਂ ਨਾ ਮਿਲਦਾ, ਲਾਈਟਾਂ ਗੱਡੀ ਦੀਆਂ ਜਗਦੀਆਂ ਨੇ ਰਸਤਾ ਤਾਂ ਵੀ ਨਹੀਂ ਦਿਸਦਾ, ਐਸੇ ਤਰ੍ਹਾਂ ਦੀ ਧੁੰਦ ਦੇ ਵਿੱਚ ਗੁਰੂ ਕੇ ਲਾਲਾ ਨੇ ਸਫ਼ਰ ਤੈਅ ਕੀਤਾ ਤੇ ਉਸ ਸਫ਼ਰ ਦੀ ਮੰਜ਼ਿਲ ਸ਼ਹਾਦਤ ਹੈ ਤੇ ਸ਼ਹਾਦਤ ਦੀ ਨੀਂਹ ਇਬਾਦਤ ਹੈ। ਤੁਹਾਡਾ ਇੱਥੇ ਚੌਂਕੜੇ ਮਾਰ ਕੇ ਬੈਠਣਾ ਇਬਾਦਤ ਹੈ। ਦੁਨੀਆਂ ਦੇ ਕਿਸੇ ਵੀ ਵਪਾਰ ਨੂੰ ਕਰੋ, ਹੋ ਸਕਦਾ ਘਾਟਾ ਹੀ ਪੈ ਜੇ, ਪਰ ਬਾਬਿਆਂ ਦੀ ਯਾਦ ਵਿੱਚ ਜੁੜ ਕੇ ਬੈਠਣ ਦਾ ਘਾਟਾ ਨਹੀਂ, ਹਮੇਸ਼ਾ ਲਾਹਾ ਹੀ ਮਿਲੇਗਾ। ਆਓ ਬਾਬਿਆਂ ਦੀ ਨੇਕ ਵੱਡੀ ਕਮਾਈ ਦਾ ਧਿਆਨ ਧਰਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾੜੀ ਮੌਤ ਨੇ ਫਰਕ ਨਾ ਪੈਣ ਦਿੱਤਾ ਦੋਵਾਂ ਭਰਾਵਾਂ ਦੇ ਗੂੜੇ ਪਿਆਰ ਅੰਦਰ, ਤੱਕਦਾ ਰਿਹਾ ਬਾਪੂ ਕੱਚੇ ਕਿਲੇ ਵਿੱਚੋਂ ਕਿੰਨਾ ਜ਼ੋਰ ਹੈ ਨਿੱਕੀ ਤਲਵਾਰ ਅੰਦਰ। ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਮਾਰੀ, ਕਿੰਨਾ ਸਿਦਕ ਹੈ ਮੇਰੇ ਪਰਿਵਾਰ ਅੰਦਰ। ਜੂਜੇ ਧਰਮ ਤੋਂ ਇਸ ਤਰ੍ਹਾਂ ਸਾਹਿਬਜ਼ਾਦੇ, ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ। ਸਰਹੰਦ ਦੀ ਧਰਤੀ ਤੇ ਜੰਗ ਲੜੀ ਆ ਪੀਰੀ ਦੀ, ਉੱਥੇ ਵਿਚਾਰ ਹੋਈ ਆ ਵਿਚਾਰ, ਉੱਥੇ ਦਲੀਲਾਂ ਨਾਲ ਗੱਲ ਹੋਈ ਤੇ ਚਮਕੌਰ ਸਾਹਿਬ ਦੇ ਮੈਦਾਨ ਦੇ ਵਿੱਚ ਉਹਦਾ ਨਾਂ ਰੱਖਿਆ ਵਿਦਵਾਨਾਂ ਨੇ ਕਤਲਗੜ੍ਹ ਸਾਹਿਬ, ਕਿਉਂਕਿ 10 ਲੱਖ ਬੰਦਾ 40 ਦਾ ਕਤਲ ਹੀ ਕਰਦਾ, ਮੁਕਾਬਲੇ ਵਾਲੀ ਤੇ ਗੱਲ ਹੀ ਕੋਈ ਨਹੀਂ। ਸਾਧ ਸੰਗਤ ਫਤਿਹਗੜ੍ਹ ਸਾਹਿਬ ਦੀ ਧਰਤੀ ਜਿੱਥੇ ਬਾਬਿਆਂ ਨੇ ਫਤਿਹ ਪਾਈ, ਚਮਕੌਰ ਦਾ ਮੈਦਾਨ, ਇਹ ਗਿਣਤੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਕਲਮ ਤੋਂ ਲਿਖੀ ਹੈ ਕਿ 10 ਲੱਖ ਬਰਾਇਤ ਬਰੋ ਬੇਖਬਰ। ਪਾਤਸ਼ਾਹ ਕਹਿੰਦੇ 10 ਲੱਖ ਬੰਦਾ 40 ਨੂੰ ਘੇਰੇ, ਰੰਗਜੇਬ ਦੱਸ ਸੂਰਮਤਾਈ ਕਿਹੜੀ ਹੈ। ਮਰਦ ਦੀ ਪਰਿਭਾਸ਼ਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਿੰਦੇ ਨੇ ਔਰੰਗਜ਼ੇਬ ਬਾਦਸ਼ਾਹ ਨੂੰ, ਕਹਿੰਦੇ ਬਾਦਸ਼ਾਹ ਮਰਦ ਉਹ ਹੁੰਦਾ ਜਿਹੜਾ ਦਿਲ ਤੇ ਜ਼ਬਾਨ ਤੋਂ ਇੱਕ ਹੋਵੇ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆਂ। ਮਨ ਤੇ ਗੱਲ ਹੋਰ, ਦਿਲ ਵਿੱਚ ਗੱਲ ਹੋਰ ਤੇ ਕੰਮ ਕੋਈ ਹੋਰ ਹੀ ਕਰ ਦਿੰਦਾ। ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ, ਜੈ ਜੀ ਸੋਚ ਧਰੂੰ ਜਨਮ ਪਾਏ ਕਛ ਭਲੋ ਨਾ ਕੀਨੋ ਤਾਂ ਤੇ ਅਧਕ ਡਰੂੰ। ਡਰਦਾ ਤਾਂ ਹੈ ਕੰਮ ਨਹੀਂ ਧਰਮ ਦੇ ਕੀਤੇ, ਡਰ ਕਿਹੜੀ ਗੱਲ ਦਾ, ਸੋ ਡਰੇ ਜੇ ਪਾਪ ਕਮਾਉਂਦਾ। ਧਰਮੀ ਵਿਕਸੇ, ਧਰਮੀ ਬੰਦੇ ਕਦੇ ਡਰਦੇ ਨਹੀਂ, ਡਰਦੇ ਉਹਨੇ ਜਿਨ੍ਹਾਂ ਨੇ ਪਾਪ ਕੀਤੇ ਹੋਣ। ਬਾਬਿਆਂ ਦੀ ਸ਼ਹਾਦਤ, ਚਮਕੌਰ ਦਾ ਮੈਦਾਨ ਵੇਖੋ, ਮਾਂ ਜਦੋਂ ਬੱਚੇ ਦੇ ਇੰਜੈਕਸ਼ਨ ਲਵਾਉਂਦੀ ਹੈ ਨਾ, ਜਦੋਂ ਡਾਕਟਰ ਸੂਈ ਲਾਉਣ ਲੱਗਦਾ ਤੇ ਮਾਂ ਦਾ ਚਿਹਰਾ ਪਾਸੇ ਹੋ ਜਾਂਦਾ ਹੈ। ਸਾਡੇ ਨਾਲ ਨਹੀਂ ਬੀਤਦੀ ਤੇ ਦੱਸੋ, ਦੁਨੀਆਂ ਦੇ ਵੱਡੇ ਵੱਡੇ ਸਰਜਨ ਲੋਕ
ਅਖਬਾਰਾਂ ਦੀਆਂ ਖਬਰਾਂ ਬੋਲਦੀਆਂ ਆਪਣੇ ਬੱਚੇ ਨੂੰ ਆਪਰੇਟ ਕਰਨ ਲੱਗੇ, ਕਹਿੰਦੇ ਸਰਜਨ ਕੋਈ ਹੋਰ ਮੰਗਾ ਲੈਂਦੇ ਆ, ਆਪਣੇ ਬੱਚੇ ਨੂੰ ਕੱਟ ਥੋੜਾ ਲਾਇਆ ਜਾਂਦਾ, ਨਾਲੇ ਉਹਦਾ ਇਲਾਜ ਕਰ ਰਿਹਾ ਡਾਕਟਰ ਸਾਧ ਸੰਗਤ। ਪਰ ਬਾਜਾਂ ਵਾਲਾ ਸਤਿਗੁਰੂ ਚਮਕੌਰ ਦੇ ਮੈਦਾਨ ਅੰਦਰ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਬੱਚਿਆਂ ਨੂੰ ਪੁਰਜਾ ਪੁਰਜਾ ਹੁੰਦਿਆਂ ਵੇਖਦਾ। ਸ਼ਹੀਦ ਸ਼ਹਾਦਤਾਂ ਪਾਉਂਦੇ ਨੇ, ਸਤਿਗੁਰੂ ਜਕਾਰੇ ਲਾਉਂਦੇ ਨੇ, ਸਿੰਘਾਂ ਦੇ ਗੱਚ ਭਰ ਜਾਂਦੇ ਨੇ, ਜਕਾਰਿਆਂ ਦਾ ਜਵਾਬ ਦੇਣ ਦੀ ਹਿੰਮਤ ਨਹੀਂ ਰਹਿੰਦੀ, ਸਤਿਗੁਰੂ ਆਪੇ ਜਵਾਬ ਦਿੰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਭਾਈ ਹਿੰਮਤ ਸਿੰਘ ਦੀ ਅਗਵਾਈ ਦੇ ਵਿੱਚ ਪਹਿਲਾ ਜਥਾ ਸ਼ਹਾਦਤ ਦਾ ਜਾਮ ਪੀਂਦਾ ਚਮਕੌਰ ਦੇ ਮੈਦਾਨ ਅੰਦਰ। ਸਤਿਗੁਰਾਂ ਨੇ ਜਿਨ੍ਹਾਂ ਸਿੰਘਾਂ ਨੂੰ ਸਾਰੀ ਰਾਤ ਪੰਥ ਦੀ ਤਾਬਿਆ ਰਹਿ ਕੇ ਪਾਤਸ਼ਾਹ ਨੇ ਜਾਗ ਕੇ ਰਾਤ ਕੱਟੀ ਹੈ, ਗੁਰੂ ਜਾਗਿਆ ਪੰਥ ਦੀ ਸੇਵਾ ਵਿੱਚ, ਇਹ ਸਾਡੇ ਵਾਸਤੇ ਉਪਦੇਸ਼ ਹੈ। ਦੂਜਿਆਂ ਦੀ ਗੱਲ ਛੱਡੋ, ਆਪਣੇ ਬੱਚਿਆਂ ਦੇ ਲਈ ਜਾਗ ਪਿਓ। ਤੁਹਾਡੇ ਬੱਚੇ ਕੀ ਕਰ ਰਹੇ ਨੇ, ਕੀ ਨਹੀਂ ਕਰਨਾ ਚਾਹੀਦਾ, ਗੁਰੂ ਬਾਰੇ ਕੀ ਜਾਣਦੇ ਨੇ ਤੇ ਕਿੱਧਰ ਨੂੰ ਤੁਰੇ ਜਾ ਰਹੇ ਨੇ। ਦੂਜਿਆਂ ਦੀ ਗੱਲ ਛੱਡੋ, ਆਪਣਿਆਂ ਬਾਰੇ ਜ਼ਰੂਰ ਜਾਗ ਪੈਣਾ। ਠੰਡੇ ਬੁਰਜ ਵਿੱਚ ਮਾਂ ਜੀ ਜਾਗਦੇ ਰਹੇ ਤੇ ਚਮਕੌਰ ਵੜੀ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪੰਥ ਦੀ ਸੇਵਾ ਵਿੱਚ ਜਾਗਦੇ ਰਹੇ। ਸਾਧ ਸੰਗਤ ਜਾਗੋ, ਜੇ ਇਹਨਾਂ ਬੱਚਿਆਂ ਵਾਸਤੇ, ਇਹਨਾਂ ਅੰਦਰ ਧਰਮ ਦਾ ਕਿਣਕਾ ਪਾਉਣ ਵਾਸਤੇ ਤੁਸੀਂ ਜਾਗੇ ਨਾ ਨਾ। ਇਮਾਰਤਾਂ ਤੇ ਪੈਸਾ ਆਪਾਂ ਬਹੁਤ ਲਈ ਜਾਂਦੇ ਹਾਂ ਗੁਰਦੁਆਰਿਆਂ ਵਿੱਚ, ਪਰ ਇਹ ਗੁਰਦੁਆਰੇ ਇਸ ਤਰ੍ਹਾਂ ਰਹਿਣੇ ਨਹੀਂ। ਜੇ ਤੁਸੀਂ ਆਪਣੇ ਬੱਚਿਆਂ ਵੱਲ ਧਿਆਨ ਨਾ ਦਿੱਤਾ, ਕੌੜਾ ਸੱਚ ਹੈ। ਆਪਣੇ ਆਪ ਨੂੰ ਕੰਮ ਵਿੱਚ ਬਿਜ਼ੀ ਕਰਦੇ ਹਾਂ ਤੇ ਕਹਿੰਦੇ ਹਾਂ ਵੀ ਬੱਚੇ ਨੂੰ ਫੋਨ ਦੇ ਦਿਓ, ਖੇਡਦਾ ਰਹੇਗਾ। ਤੁਹਾਨੂੰ ਕੀ ਪਤਾ ਉਹ ਕੀ ਖੇਡਦਾ। ਧੰਨ ਗੁਰੂ ਗੋਬਿੰਦ ਸਿੰਘ ਜਾਗੇ ਨੇ ਪੰਥ ਦੀ ਸੇਵਾ ਵਿੱਚ, ਮਾਤਾ ਗੁਜਰ ਕੌਰ ਜਾਗੇ ਨੇ ਠੰਡੇ ਬੁਰਜ ਦੇ ਵਿੱਚ। ਇਹਨਾਂ ਬੱਚਿਆਂ ਨੂੰ ਦੱਸਦਿਆਂ, ਬੱਚਿਓ ਆ ਚਿੱਟੀ ਚੁੰਨੀ ਨੂੰ ਅੱਜ ਤੱਕ ਦਾਗ ਨਹੀਂ ਲੱਗਾ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਅਜੀਤ ਸਿੰਘਾ ਤੂੰ ਆਪ ਸ਼ਹਾਦਤ ਲਈ ਆਗਿਆ ਮੰਗੀ ਏ, ਮੈਨੂੰ ਆਸ ਹੈ ਜੇ ਕਿਤੇ ਮੈਂ ਤੈਨੂੰ ਜੰਗ ਵੱਲ ਤੋਰਦਾ ਚਲਿਆ ਤੂੰ ਤਾਂ ਵੀ ਜਾਂਦਾ। ਪਰ ਲੋਕਾਂ ਕਹਿਣਾ ਸੀ ਪੁੱਤ ਆਗਿਆਕਾਰੀ ਸੀ, ਜੰਗ ਦੇ ਮੈਦਾਨ ਵੱਲ ਚਲਿਆ ਗਿਆ, ਪਰ ਤੂੰ ਆਪ ਕਹਿੰਦਾ ਪਿਤਾ ਜੀ ਮੈਦਾਨੇ ਜੰਗ ਵੱਲ ਤੋਰ ਦਿਓ। ਇਤਿਹਾਸ ਦਾ ਪੰਨਾ ਬੋਲੇਗਾ ਗੁਰੂ ਦੇ ਪੁੱਤਰਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ, ਨਹੀਂ ਤੇ ਆਗਿਆਕਾਰੀ ਪੋਤੀ ਰਹਿ ਜਾਣੀ ਸੀ। ਸ਼ਹੀਦੀ ਤੇ ਉਹੋ ਹੀ ਹੈ ਨਾ, ਜਦੋਂ ਬੰਦਾ ਮਿੱਥ ਕੇ ਸੱਚ ਤੋਂ ਤਨ ਦਾ ਠੀਕਰਾ ਭੰਨ ਦੇਵੇ। ਸਾਧ ਸੰਗਤ, ਸੱਚ ਵਾਸਤੇ ਬਚਿਆ ਜਾ ਸਕਦਾ ਹੋਵੇ, ਬਚਾਇਆ ਜਾ ਸਕਦਾ ਹੋਵੇ, ਨੌਵੇਂ ਪਾਤਸ਼ਾਹ ਬਚ ਸਕਦੇ ਸੀ, ਪਰ ਤਨ ਦਾ ਠੀਕਰਾ ਭੰਨਿਆ ਸਤਿਗੁਰਾਂ ਨੇ। ਸ਼ਹੀਦ ਤਾਂ ਬਣਦਾ ਹੈ। ਆਪਣੇ ਗੁਰੂ ਸਾਹਿਬ ਨੂੰ ਕੀ ਲੋੜ ਪਈ ਸੀ ਜੀ ਨੰਦਾ ਦੀ ਪੁਰੀ ਛੱਡਣ ਵਾਸਤੇ, ਇੰਨੀ ਹੀ ਗੱਲ ਸੀ ਨਾ। ਪਹਾੜੀ ਰਾਜੇ ਕਹਿੰਦੇ ਸੀ ਅਸੀਂ ਵੀ ਅੰਮ੍ਰਿਤ ਛਕ ਲੈਂਦੇ ਹਾਂ ਪਰ ਬਾਟਾ ਵੱਖਰਾ, ਮਹਾਰਾਜ ਸਾਡੀ ਪੰਗਤ ਵੱਖਰੀ ਹੋਊ। ਸਤਿਗੁਰੂ ਕਹਿੰਦੇ ਅੰਮ੍ਰਿਤ ਬਣਦਾ ਹੀ ਤਾਂ ਹੈ ਜਦੋਂ ਇੱਕੇ ਬਾਟੇ ਨੂੰ ਸਾਰੇ ਮੂੰਹ ਲਾਉਂਦੇ ਨੇ। ਉਹੋ ਹੀ ਪੰਜ ਬਾਣੀਆਂ ਦਾ ਪਾਠ ਸਾਰਿਆਂ ਲਈ ਪੜ੍ਹਿਆ ਜਾਂਦਾ ਤੇ ਉਸੇ ਪੰਗਤ ਵਿੱਚ ਬਹਿਣਾ ਪੈਂਦਾ। ਸਿੱਖੀ ਤਾਂ ਹੀ ਨਿਆਰੀ ਆ ਜਾਣੇ, ਤੇ ਜੇ ਗੁਰੂ ਸਾਹਿਬ ਝੁੱਕ ਜਾਂਦੇ ਭਲਾ ਨੰਦਾ ਦੀ ਪੁਰੀ ਛੱਡਣ ਦੀ ਲੋੜ ਸੀ, ਨਹੀਂ ਲੋੜ ਸੀ। ਉਸੇ ਤਰ੍ਹਾਂ ਛੱਤੀ ਪਦਾਰਥ ਛਕਦਿਆਂ, ਪਹਿਨਦਿਆਂ, ਖਾਂਦਿਆਂ ਉਸੇ ਤਰ੍ਹਾਂ ਆਪਣਾ ਜੀਵਨ ਬਸਰ ਕਰ ਲੈਂਦੇ, ਪਰ ਨਹੀਂ, ਗੁਰੂ ਨੇ ਸਾਨੂੰ ਸਮਝੌਤਾਬਾਦੀ ਨਹੀਂ ਬਣਾਇਆ। ਚਮਕੌਰ ਦੀ ਕੱਚੀ ਗੜੀ ਸਾਧ ਸੰਗਤ ਚਰਨ ਪੱਕਿਆਂ ਦੇ ਪੈ ਗਏ,
ਗੜੀ ਪੱਕੀ, ਸਾਰੀ ਦੁਨੀਆ ਵਿੱਚ ਅਮਰ ਹੋ ਗਈ ਉਹ ਗੜੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਬਾਬਾ ਅਜੀਤ ਸਿੰਘ ਪੁੱਤ ਪਾਲਣ ਲਈ ਪਤਾ ਕਿੰਨੇ ਸਾਲ ਲਾਏ ਮਹਾਰਾਜ ਨੇ? 18 ਸਾਲ। ਤੇ ਸਾਰੀਆਂ ਸ਼ਹੀਦੀਆਂ ਲਈ 1 ਹਫ਼ਤਾ ਹੀ ਲੱਗਿਆ। 1 ਹਫ਼ਤੇ 'ਚ ਮਹਾਰਾਜ ਨੇ ਘਰ ਖਾਲੀ ਕਰ ਦਿੱਤਾ ਤੇ ਆਖਿਆ ਸੀ ਸੌਦਾ ਸਸਤਾ ਨਹੀਂ, ਬੜਾ ਮਹਿੰਗਾ ਸੌਦਾ ਕੀਤਾ, ਬੜਾ ਲਾਹੇ ਦਾ ਸੌਦਾ ਕੀਤਾ। ਵਾਰੇ ਚਾਰਨੇ ਤੇ ਮਿਲ ਗਏ ਹਜ਼ਾਰਾਂ ਹੀ, ਪਰ ਉਹਨਾਂ ਹਜ਼ਾਰਾਂ ਵਿੱਚ ਮੇਰਾ ਨਾਂ ਆਉਂਦਾ ਕਿ ਨਹੀਂ ਆਉਂਦਾ ਮੈਨੂੰ ਪਤਾ ਹੈ, ਤੇ ਤੁਹਾਡਾ ਆਉਂਦਾ ਕਿ ਨਹੀਂ ਆਉਂਦਾ ਤੁਹਾਨੂੰ ਪਤਾ, ਕਿਉਂਕਿ ਬੰਦਾ ਆਪਣੇ ਬਾਰੇ ਜਿੰਨਾ ਜਾਣਦਾ ਦੂਜੇ ਬਾਰੇ ਥੋੜ੍ਹਾ ਜਾਣਦਾ। ਮੈਨੂੰ ਪਤਾ ਮੇਰਾ ਕਰਮ ਤੇ ਕਰਤੂਤ ਉਹਨਾਂ ਹਜ਼ਾਰਾਂ ਦੀ ਲਿਸਟ ਵਿੱਚ ਮੈਨੂੰ ਸ਼ਾਮਲ ਕਰਦੀ ਹੈ ਕਿ ਨਹੀਂ ਕਰਦੀ। ਸਾਧ ਸੰਗਤ ਬਾਬਿਆਂ ਦੇ ਸਿਦਕ ਦੇ ਨਾਲ ਆਓ ਆਪਾਂ ਹਮਸਫ਼ਰ ਬਣੀਏ, ਸਿਜਦਾ ਕਰੀਏ ਬਾਬਾ ਅਜੀਤ ਸਿੰਘ ਸਾਹਿਬ ਦੀ ਸ਼ਹਾਦਤ ਨੂੰ। 18 ਸਾਲ ਲਾਏ ਬਾਜਾਂ ਵਾਲੇ ਨੇ ਪੁੱਤ ਪਾਲਣ ਵਾਸਤੇ ਤੇ ਵਾਰਨ ਵਾਸਤੇ 1 ਹਫ਼ਤਾ, ਤੇ ਸਾਡੇ ਤੋਂ 1 ਹਫ਼ਤੇ ਵਾਸਤੇ ਵੀ ਨਾ ਕਈ ਵਾਰ ਹੈਰਾਨੀ ਹੁੰਦੀ ਜਦੋਂ ਗੁਰਦੁਆਰਿਆਂ 'ਚ ਇਸ ਹਫ਼ਤੇ 'ਚ ਵੀ ਆਨੰਦ ਕਾਰਜ ਹੋਈ ਜਾਂਦੇ ਨੇ। ਜੇ ਬਾਬਿਆਂ ਦੇ ਸਿਦਕ ਨੂੰ ਸਿਜਦਾ ਕਰਦੇ ਹੋ, ਇਹਨਾਂ ਦਿਨਾਂ 'ਚ ਕੋਈ ਵਿਆਹ ਤੇ ਬੁਲਾਵੇ ਵੀ ਨਾ ਤੇ ਤੁਸੀਂ ਉੱਥੇ ਜਾਣਾ ਨਹੀਂ। ਤੁਸੀਂ ਕਹਿਣਾ ਜੀ ਅਸੀਂ ਨਹੀਂ ਆਵਾਂਗੇ। ਓਏ ਸਿੱਖ ਦਾ ਬੱਚਾ ਹੋਵੇਂ ਤੇ ਇਹਨਾਂ 7 ਦਿਨਾਂ ਦੇ ਵਿੱਚ ਤੂੰ ਸ਼ਹਾਦਤਾਂ ਦੇ ਸਫ਼ਰ ਦੇ ਨਾਲ ਹਮ ਸਫ਼ਰ ਬਣਨ ਦੀ ਥਾਂ ਤੇ ਵਿਆਹ 'ਚ ਭੰਗੜਾ ਪਾਉਂਦਾ ਫਿਰੇ। ਕਮੇਟੀਆਂ ਨੂੰ ਫੈਸਲਾ ਲੈਣਾ ਚਾਹੀਦਾ। ਮੁਬਾਰਕ ਹੈ ਉਹਨਾਂ ਕਮੇਟੀਆਂ ਦੇ ਜਿਨ੍ਹਾਂ ਨੇ ਇਹ ਫੈਸਲੇ ਲਏ ਨੇ ਕਿ ਇਸ ਹਫ਼ਤੇ ਦੇ ਵਿੱਚ ਕੋਈ ਆਨੰਦ ਕਾਰਜ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਹੋਵੇਗਾ। ਧੰਨ ਬਾਬਾ ਅਜੀਤ ਸਿੰਘ ਜੀ। ਕਹਿਣ ਲੱਗੇ ਪਾਤਸ਼ਾਹ ਸਿੱਖਾਂ ਤੇ ਪੁੱਤਾਂ ਵਿੱਚ ਕਦੇ ਤੁਸੀਂ ਫਰਕ ਨਹੀਂ ਚਿਤਾਰਿਆ, ਅੱਜ ਭਾਈ ਹਿੰਮਤ ਸਿੰਘ ਦਾ ਜੱਥਾ 5 ਸਿੰਘਾਂ ਨਾਲ ਸ਼ਹੀਦੀ ਪ੍ਰਾਪਤ ਕਰ ਗਿਆ, ਬਾਜਾਂ ਵਾਲੇ ਸਤਿਗੁਰ ਦਿਓ ਆ ਗਿਆ, ਤੁਹਾਡਾ ਜੇਠਾ ਪੁੱਤ ਸ਼ਹਾਦਤ ਦਾ ਜਾਮ ਪੀਣਾ ਚਾਹੁੰਦਾ। ਮੇਰੇ ਸਾਹਿਬ ਸਤਿਗੁਰੂ ਪਾਤਸ਼ਾਹ ਨੇ ਛਾਤੀ ਨਾਲ ਲਾਇਆ ਬਾਬਾ ਅਜੀਤ ਸਿੰਘ ਸਾਹਿਬ ਨੂੰ ਤੇ ਆਖਿਆ ਪੁੱਤਰਾ ਜਿੱਦਣ ਤੂੰ ਜਨਮ ਹੋਇਆ ਸੀ ਨਾ ਤੇਰਾ ਮੈਂ ਭੰਗਾਣੀ ਦੀ ਜੰਗ ਜਿੱਤ ਕੇ ਆਇਆ ਸੀ, ਤੇ ਜਦ ਮੈਨੂੰ ਖਬਰ ਮਿਲੀ ਤੇ ਮੈਂ ਕਿਹਾ ਸੀ ਨਾਮ ਰੱਖਿਓ ਸਾਹਿਬਜ਼ਾਦੇ ਦਾ ਅਜੀਤ ਸਿੰਘ, ਅੱਜ ਤੂੰ ਆਪਣੇ ਨਾਮ ਦੀ ਲਾਜ ਪਾਲੂ। ਸਾਹਿਬਜ਼ਾਦੇ ਨੇ ਕਿਹਾ ਪਿਤਾ ਜੀ ਨਾਮ ਕਾ ਅਜੀਤ ਹੂੰ, ਜੀਤਾ ਨਾ ਜਾਊਂਗਾ, ਜੀਤਾ ਗਿਆ ਤੋ ਵਾਪਸ ਜੀਤਾ ਨਾ ਆਊਂਗਾ। ਸਾਹਿਬਜ਼ਾਦੇ ਨੇ ਮੱਥੇ ਤੇ ਪਾਈ ਅਣਖ ਦੀ ਤਿਉੜੀ, ਫਰਕੇ ਡੋਲੇ ਰੋਹ ਜਾਗਿਆ, ਗਗਨ ਦਮਾਮਾ ਬਾਜਿਓ ਪਰੇ ਨਿਸ਼ਾਨੇ ਕਹੋ, ਖੇਤ ਜੋ ਮਾਂਡੇ ਸੂਰਮਾ ਅਬ ਜੂਜਨ ਕੋ ਦਾਓ। ਜੰਗ ਦੇ ਮੈਦਾਨ ਅੰਦਰ ਸਤਿਗੁਰਾਂ ਦਾ ਜੇਠਾ ਪੁੱਤ ਕਿਵੇਂ ਭਰਮਾ ਵਾਰ ਕਰਦਾ ਹੈ, ਇਉਂ ਬੇਨਤੀ ਕੀਤੀ ਜਾਵੇ।
ਬੁਲਾ ਕੇ ਜਾਂਦੀ ਵਾਰ ਦੀ ਘੋੜੇ ਚੜੇ ਅੰਬਰਾ ਕੀ ਵਾਰ ਬੱਬਰ ਸ਼ੇਰ ਦੇ ਵਾਂਗੂ ਗੱਜ ਕੇ ਬਾਬਾ ਜੀ ਸਿੰਘ ਜੀ ਸ਼ਹਾਦਤ ਦਾ ਜਾਮ ਪੀਂਦੇ ਹਨ ਪੌੜੀਆਂ ਉਤਰਦਿਆਂ ਤੇ ਸਾਹਮਣੇ ਖਲੋਤਾ ਬਾਬਾ ਜੁਝਾਰ ਸਿੰਘ ਪਿਤਾ ਜੀ ਭਾਈ ਕੇ ਬਿਨਾਂ ਹਮੇ ਜੀਣਾ ਨਹੀਂ ਆਤਾ ਖਾਣਾ ਨਹੀਂ ਪੀਣਾ ਨਹੀਂ ਸੋਨਾ ਨਹੀਂ ਭਾਤਾ ਭਰਾ ਦੀ ਹੈਸੀਅਤ ਵਿੱਚ ਰੋਲ ਮਾਡਲ ਵੇਖਣਾ ਹੋਵੇ ਨਾ ਤੇ ਬਾਬਾ ਜੁਝਾਰ ਸਿੰਘ ਨੂੰ ਵੇਖਿਓ ਇੱਥੇ ਭਰਾ ਤੇ ਭਰਾ ਦੇ ਨਿੱਕੀਆਂ ਨਿੱਕੀਆਂ ਗੱਲਾਂ ਦੇ ਝਗੜੇ ਨੇ ਸਾਧ ਸੰਗਤ ਜੇ ਭਰਾ ਦੀ ਹੈਸੀਅਤ ਵਿੱਚ ਰੋਲ ਮਾਡਲ ਲੱਭਣਾ ਹੈ ਨਾ ਤੇ ਬਾਬਾ ਜੁਝਾਰ ਸਿੰਘ ਜੀ ਰੋਲ ਮਾਡਲ ਹਨ
ਇੰਨਾ ਪਿਆਰ ਮਹਾਰਾਜ ਸਾਡੀ ਜੋੜੀ ਹੈ ਤੇ ਜੋੜੀ ਤਾਂ ਇਕੱਠੀ ਹੋਈ ਰਹਿੰਦੀ ਹੈ। ਦੇਖੋ ਜੋੜੀ ਭਰਾਵਾਂ ਦੀ ਵੀ ਹੋ ਸਕਦੀ ਹੈ, ਪਿਓ ਤੇ ਪੁੱਤ ਦੀ ਵੀ ਹੋ ਸਕਦੀ ਹੈ, ਮਾਂ ਤੇ ਪੁੱਤ ਦੀ ਵੀ ਹੋ ਸਕਦੀ। ਜੋੜੀ ਦਾ ਮਤਲਬ ਵਿਚਾਰ ਮਿਲਦੇ ਨੇ। ਮਹਾਰਾਜ ਸਾਡੀ ਜੋੜੀ ਹੈ, ਇਕੱਠਿਆਂ ਗੱਤਕਾ ਸਿੱਖਿਆ, ਇਕੱਠਿਆਂ ਨੇ ਸੰਥਿਆ ਕੀਤੀ। ਸਤਿਗੁਰ ਜੀ ਸ਼ਹਾਦਤ ਦਾ ਜਾਮ ਬਾਬਾ ਅਜੀਤ ਸਿੰਘ ਜੀ ਪਹਿਲਾਂ ਪੀ ਗਏ ਨੇ ਤੇ ਮੈਨੂੰ ਵੀ ਜਾਣ ਦੀ ਆਗਿਆ ਦਿਓ। ਸਿੱਖਾਂ ਨੇ ਰੋਕਣ ਦਾ ਯਤਨ ਕੀਤਾ। ਪਾਤਸ਼ਾਹ ਨੇ ਕਿਹਾ, ਸਿੰਘੋ ਮੇਰਾ ਮਕਸਦ ਇੱਕ ਵੀ ਜੇ ਬਚ ਗਿਆ ਨਾ ਮੇਰੇ ਪਰਿਵਾਰ ਚੋਂ ਮਕਸਦ ਅਧੂਰਾ ਰਹਿ ਜਾਣਾ। ਸਤਿਗੁਰੂ ਜੀ ਇੱਦਾਂ ਦਾ ਕਿਹੜਾ ਮਕਸਦ ਹੈ ਤੁਹਾਡਾ? ਮਹਾਰਾਜ ਕਹਿੰਦੇ, ਮੈਨੂੰ ਪਤਾ ਭੋਲਿਆਂ ਸਿੱਖਾਂ ਦਾ ਜੇ ਸਰੀਰਾਂ ਦੀ ਅੰਸ ਵੰਸ਼ ਚੱਲਦੀ ਰਹਿ ਗਈ ਇਹਨਾਂ ਨੇ ਫਿਰ ਦੇਹਾਂ ਪੂਜਣ ਲੱਗ ਜਾਣਾ, ਫਿਰ ਕਿਸੇ ਬਾਬੇ ਦੇ ਗੋਡੇ ਲੱਭਦੇ ਫਿਰਨਗੇ। ਮੈਂ ਸਰੀਰਾਂ ਦੇ ਵਿੱਚੋਂ ਕੱਢਣਾ, ਮੈਂ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਜਾਣੀ ਹੈ ਕੌਮ। ਤੇ ਮਹਾਰਾਜ ਨੇ ਸਰੀਰਾਂ ਦੀ ਅੰਸ ਵੰਸ਼ ਮੁਕਾਈ ਤਾਂ ਕਿ ਅਸੀਂ ਕੇਵਲ ਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਸਮਰਪਿਤ ਹੋ ਜਾਈਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਚਮਕੌਰ ਦੀ ਗੜੀ ਚੋਂ ਪੁੱਤਰਾਂ ਨੂੰ ਵਾਰ ਕੇ, ਸਿੰਘਾਂ ਨੂੰ ਵਾਰ ਕੇ ਮਾਛੀਵਾੜੇ ਦੇ ਜੰਗਲਾਂ ਵਿੱਚੋਂ ਹੁੰਦਿਆਂ ਆਲਮਗੀਰ ਦੀ ਧਰਤੀ ਤੇ ਭਾਈ ਮਨੀ ਸਿੰਘ ਜੀ ਦੇ ਸਾਲੇ ਤੋਂ, ਭਾਈ ਨਗਾਈਆ ਸਿੰਘ ਭਾਈ ਮਨੀ ਸਿੰਘ ਜੀ ਦਾ ਸਾਲਾ ਹੈ, ਲੱਖੀ ਸ਼ਾਹ ਬਣਜਾਰੇ ਦਾ ਪੁੱਤ ਹੈ ਭਾਈ ਨਗਾਈਆ ਸਿੰਘ, ਇਹ ਆਲਮਗੀਰ ਸਾਹਿਬ ਮਹਾਰਾਜ ਨੂੰ ਘੋੜਾ ਦਿੰਦਾ ਤੇ ਸਤਿਗੁਰੂ ਘੋੜੇ ਤੇ ਸਵਾਰ ਹੋ ਕੇ ਸਿੰਘਾਂ ਨੂੰ ਕਹਿੰਦੇ ਨੇ ਵੀ ਲੰਮੇ ਜੱਟਪੁਰੇ ਇੱਕ ਪ੍ਰੋਗਰਾਮ ਹੋਵੇਗਾ, ਵੱਡਾ ਇਕੱਠ ਹੋਵੇਗਾ, ਹੁਕਮਨਾਮੇ ਭੇਜੇ ਜਾਣ, ਸੰਗਤਾਂ ਤੱਕ ਸੁਨੇਹਾ ਲਾਏ ਜਾਏ, ਉੱਥੇ ਪੰਥ ਇਕੱਤਰ ਹੋਵੇਗਾ। ਪੁੱਤਾਂ ਨੂੰ ਵਾਰ ਕੇ ਸਤਿਗੁਰ ਜੀ ਪੰਥ ਦੀ ਇਕੱਤਰਤਾ ਦੇ ਪਲੈਨ ਦੇ ਰਹੇ ਨੇ ਤੇ ਇੱਧਰਲੇ ਪਾਸੇ ਨੂੰ ਆਉਂਦਿਆਂ, ਲੰਮੇ ਜੱਟਪੁਰੇ ਵੱਲ ਨੂੰ ਆਉਂਦਿਆਂ, ਰਾਏ ਕੱਲੇ ਦੀ ਰਿਆਸਤ ਵਿੱਚ ਬਹਿੰਦਿਆਂ ਨੂਰੇ ਮਾਹੀ ਦੇ ਰਾਹੀਂ, ਉਹਨੂੰ ਮਾਹੀ ਪਤਾ ਕਿਉਂ ਕਹਿੰਦੇ ਸੀ, ਉਹ ਮੱਝਾਂ ਚਾਰਦਾ ਸੀ, ਨੂਰੇ ਮਾਹੀ ਦੇ ਰਾਹੀਂ ਰਾਏ ਕੱਲੇ ਨੂੰ ਸੁਨੇਹਾ ਗਿਆ। ਰਾਏ ਕੱਲਾ ਆਪਣੇ 5-7 ਬੋਡੀਗਾਰਡ ਲੈ ਕੇ ਸਤਿਗੁਰਾਂ ਦੇ ਕੋਲ ਆਉਂਦਾ। ਨੂਰਾ ਮਾਹੀ ਕਹਿੰਦਾ, ਇਹ ਰੱਬ ਹੈ। ਤੇ ਰਾਏ ਕੱਲੇ ਨੇ ਵੇਖਿਆ ਆਨੰਦਪੁਰ ਵਾਲਾ ਗੁਰੂ ਆਇਆ, ਕਹਿੰਦਾ ਮਹਾਰਾਜ ਸੇਵਾ। ਸਤਿਗੁਰੂ ਜੀ ਕਹਿੰਦੇ, ਛੋਟੇ ਲਾਲਾਂ ਦਾ ਪਤਾ ਮੰਗਾ ਦਿਓ। ਤੇ ਨੂਰਾ ਮਾਹੀ ਪਿੱਛੇ ਖਲੋਤਾ ਸੀ, ਕਹਿੰਦਾ ਜੀ ਮੈਂ ਪਤਾ ਲਿਆਵਾਂ, ਮੇਰੀ ਭੈਣ ਵਿਆਹੀ ਹੈ ਸਰਹੰਦ। ਤੇ ਨੂਰਾ ਸਤਿਗੁਰਾਂ ਤੋਂ ਲੈ ਕੇ ਆ ਗਿਆ, ਉਹਨਾਂ ਹੀ ਕੱਪੜਿਆਂ ਵਿੱਚ ਉਸੇ ਵੇਲੇ ਹੀ ਸਰਹੰਦ ਵੱਲ ਚਾਲਾ ਮਾਰਦਾ। ਭੈਣ ਦਾ ਜਾ ਕੇ ਦਰਵਾਜ਼ਾ ਖੜਕਾਉਂਦਾ, ਉਹਨੇ ਵੇਖਿਆ ਭਰਾ ਆਇਆ ਭੈਣ ਦੇ ਘਰੇ ਤੇ ਇਹਦੇ ਏਦੇ ਪਾਟੇ ਜੇ ਕੱਪੜੇ ਪਾਏ। ਉਹ ਕਹਿੰਦੀ, ਨੂਰਿਆ ਸੁੱਖ ਤਾਂ ਹੈ? ਤੇ ਨੂਰਾ ਕਹਿੰਦਾ, ਭੈਣੇ ਮੇਰੀ ਸੁੱਖ ਬਾਅਦ ਚ ਪੁੱਛੀ, ਪਹਿਲਾਂ ਦੱਸ ਇੱਥੇ ਮਾਂ ਗੁਜਰ ਕੌਰ ਤੇ ਬਾਬਾ ਜੋਰਾਵਰ ਸਿੰਘ ਤੇ ਫਤਿਹ ਸਿੰਘ ਆਏ ਸੀ, ਉਹ ਕਿੱਥੇ ਨੇ? ਨੂਰੀ ਨੇ ਨੂਰੇ ਨੂੰ ਫੜ ਕੇ ਅੰਦਰ ਖਿੱਚਿਆ, ਨੂਰਿਆ ਤੂੰ ਸ਼ਦਾਈ ਹੋਇਆ ਇਹ ਸਰਹੰਦ ਤੇ ਹੌਲੀ ਬੋਲ, ਸਰਹੰਦ ਦੇ ਵਿੱਚ ਕੋਈ ਸਾਹਿਬਜ਼ਾਦਿਆਂ ਦਾ ਨਾਂ ਨਹੀਂ ਲੈ ਸਕਦਾ, ਹੰਸਲਾ ਨਦੀ ਦੇ ਕੰਢੇ ਤੇ ਉਹਨਾਂ ਦੇ ਸਰੀਰ ਪਏ ਹਨ, ਕੋਈ ਸੰਸਕਾਰ ਨਹੀਂ ਕਰ ਸਕਦਾ। ਤੇ ਸਾਧ ਸੰਗਤ, ਫਿਰ ਨੂਰਾ ਕਹਿੰਦਾ, ਭੈਣੇ ਦਿਲ ਖੋਲ ਕੇ ਦੱਸ ਬਾਬਿਆਂ ਨਾਲ ਬੀਤੀ ਕਿਵੇਂ। ਇੱਕ ਇੱਕ ਘਟਨਾ ਨੂੰ ਨੂਰੀ ਨੂਰੇ ਦੀ ਭੈਣ ਬਿਆਨ ਕਰਦੀ ਹੈ, ਕਹਿੰਦੀ ਵੀਰਾ ਕੀ ਦੱਸਾਂ, ਇੱਕ ਬੰਦੇ ਨੇ ਉਹਨਾਂ ਨੂੰ ਦੁੱਧ ਪਿਆਇਆ, ਜ਼ਾਲਮਾਂ ਨੇ ਉਹਦਾ ਪਰਿਵਾਰ ਵੀ ਕੋਲੂ ਥਾਈ ਪੀੜ ਦਿੱਤਾ, ਇੰਨਾ ਸਖਤ ਇੰਨੀ ਜ਼ਾਲਮ ਹਕੂਮਤ। ਨੂਰਿਆ ਮਾਂ ਨੇ ਰੋਜ਼ ਤਿਆਰ ਕਰ ਕਰਕੇ ਕਲਗੀਆਂ ਲਾ ਕੇ ਦਸਤਾਰਾਂ ਸਜਾ ਕੇ ਮੱਥੇ ਚੁੰਮ ਕੇ
ਉਹਨਾਂ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਤੋਂ ਕਚਹਿਰੀ ਵੱਲ ਤੋਰਿਆ। ਸਤ ਸੰਗਤ 18 ਸਾਲ ਤੋਂ ਥੱਲੇ ਵੋਟ ਨਹੀਂ ਬਣਦੀ, ਨਾਬਾਲਗ ਗਿਣਿਆ ਜਾਂਦਾ ਹੈ। ਸ਼ੇਰ ਮੁਹੰਮਦ ਖਾਨ ਨੂੰ ਅਸੀਂ ਕਿਉਂ ਚੇਤੇ ਕਰਦੇ ਹਾਂ? ਉਹਨੇ ਕਿਹਾ ਸੀ ਸ਼ੀਰਖੁਰ ਬੱਚੇ ਨੇ ਕੁਰਾਨ ਜ਼ੁਲਮ ਦੀ ਆਗਿਆ ਨਹੀਂ ਦਿੰਦੀ। ਹਾਲਾਂਕਿ ਉਹ ਬੰਦਾ ਜੰਗਾਂ ਵਿੱਚ ਚੜ੍ਹ ਕੇ ਆਉਂਦਾ ਰਿਹਾ ਖਾਲਸੇ ਦੇ ਖਿਲਾਫ, ਇੱਕ ਹਾਂ ਦਾ ਨਾਰਾ ਮਾਰਿਆ, ਅੱਜ ਉੱਥੋਂ ਦਾ MLA ਮੁਸਲਮਾਨ ਬਣਦਾ ਹੈ। ਕਿਰਪਾ ਕਿਹਦੀ ਹੈ ਜੀ? ਬਾਬਾ ਫਤਿਹ ਸਿੰਘ ਦੀ ਕਿਰਪਾ। ਉੱਥੋਂ ਦਾ MLA ਮੁਸਲਮਾਨ ਬਣਦਾ ਪੂਰੇ ਪੰਜਾਬ ਦੇ ਵਿੱਚੋਂ, ਬਾਬਿਆਂ ਦੀ ਕਿਰਪਾ। ਇੱਕ ਹਾਂ ਦਾ ਨਾਰਾ ਕੌਮ ਨੇ ਭੁਲਾਇਆ ਨਹੀਂ। ਅਸੀਂ ਕਿਸੇ ਦਾ ਕੀਤਾ ਉਪਕਾਰ ਨਹੀਂ ਭੁਲਾਉਂਦੇ ਤੇ ਭੁਲਾਉਣਾ ਵੀ ਨਹੀਂ ਚਾਹੀਦਾ, ਪਰ ਜਿਹੜਾ ਉਪਕਾਰ, ਜਿਹੜਾ ਉਧਾਰਾ ਸ਼ਹੀਦ ਸਿੱਖ ਕੌਮ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਿੱਤੇ ਆ ਨਾ, ਤੇ ਮੈਂ ਉਹਨਾਂ ਵੀਰਾਂ ਨੂੰ ਹੱਥ ਜੋੜ ਬੇਨਤੀ ਕਰਦਾ, ਤੁਸੀਂ ਵੀ ਉਹਦਾ ਪਰ ਉਪਕਾਰ ਭੁਲਾਇਓ ਨਾ, ਚੇਤਾ ਰੱਖਿਓ। ਜੇ ਅੱਜ ਇਹ ਸੰਧੂਰ, ਇਹ ਟਿੱਕੇ ਸਭਾਏਮਾਨ ਹਨ, ਤੇ ਮਾਤਾ ਗੁਜਰ ਕੌਰ ਨੇ ਆਪਣਾ ਪਤੀ ਵਾਰਿਆ ਜੀ ਤਾਂ ਸਭਾਏਮਾਨ ਹਨ। ਨੂਰੀ ਕਹਿੰਦੀ, ਨੂਰਿਆ ਜਦੋਂ ਸਿਪਾਹੀ ਜਾ ਕੇ ਕਹਿੰਦੇ ਸੀ ਨਾ ਮਾਂ ਬੱਚੇ ਲੈਣ ਆਏ ਆ ਤਿਆਰ ਨੇ, ਤੇ ਮਾਂ ਕਹਿੰਦੀ ਸੀ ਤਿਆਰ ਨੇ, ਅੰਦਰੋਂ ਵੀ ਤਿਆਰ ਨੇ ਤੇ ਬਾਹਰੋਂ ਵੀ ਤਿਆਰ ਨੇ। ਸਤ ਸੰਗਤ, ਗੁਰਸਿੱਖ ਮਾਂ ਤੇ ਆਮ ਮਾਂ ਦਾ ਫਰਕ ਕਿੱਥੇ ਪੈਂਦਾ? ਸਧਾਰਨ ਮਾਂ ਬੱਚਿਆਂ ਨੂੰ ਬਾਹਰੋਂ ਬਾਹਰੋਂ ਤਿਆਰ ਕਰਦੀ, ਤੇ ਗੁਰਸਿੱਖ ਮਾਂ ਉਹ ਅੰਦਰੋਂ ਤਿਆਰ ਕਰਦੀ ਜਪਜੀ ਸਾਹਿਬ ਪੜ੍ਹਾ ਕੇ। 38 ਪੌੜੀਆਂ ਨੇ ਨਾ, ਇੱਕ ਹਫ਼ਤੇ 'ਚ ਇੱਕ ਵੀ ਕਰਾ ਦਈਏ ਸਾਲ ਪੂਰਾ ਨਹੀਂ ਹੋਣਾ ਜਪਜੀ ਸਾਹਿਬ ਕੰਠ ਹੋ ਜਾਣਾ ਜੀ। ਗੱਲ ਵੱਡੀ ਨਹੀਂ, ਪਰ ਅਸੀਂ ਵੱਡੀਆਂ ਬਣਾ ਤੀਆਂ, ਆਲਸੀ ਬਣ ਗਏ। ਬਾਬਿਆਂ ਨੇ ਸਾਡੇ ਆਲਸ ਨੂੰ ਧੂ ਕੇ ਬਾਹਰ ਕੱਢਿਆ। ਕੀ ਦੱਸਿਆ ਸੀ ਬਾਬਾ ਫਤਿਹ ਸਿੰਘ ਨੇ ਮਾਂ ਗੁਜਰ ਕੌਰ ਆ ਕੇ ਪਹਿਲੇ ਦਿਨ? ਬਾਬਾ ਜ਼ੋਰਾਵਰ ਸਿੰਘ ਜੀ ਕਹਿੰਦੇ, ਮਾਂ ਮੇਰਾ ਤੇ ਚਿੱਤ ਕਾਲਾ ਪੈ ਗਿਆ ਅੱਜ। ਮਾਂ ਕਹਿੰਦੀ, ਵੇ ਪੁੱਤ ਜੇ ਤੁਹਾਡੇ ਚਿੱਤ ਕਾਲੇ ਪੈ ਗਏ ਕਿੱਥੋਂ ਏਡੀ ਵੱਡੀ ਮੰਜ਼ਿਲ ਸਰ ਕਰੋਗੇ? ਕਿਹੜੀ ਗੱਲੋਂ ਤੇਰਾ ਚਿੱਤ ਕਾਲਾ ਪੈ ਗਿਆ? ਬਾਬਾ ਜ਼ੋਰਾਵਰ ਸਿੰਘ ਦੇ, ਮਾਂ ਜਿਹੜਾ ਤੇਰਾ ਫਤਿਹ ਸਿੰਘ ਆ ਨਾ ਨਿੱਕਾ ਜਿਹਾ, ਇਹ ਜਾਂਦਾ ਸੀ ਮੂਹਰੇ ਤੇ ਇਹਦੇ ਮੂਹਰੇ ਸੀਗੇ ਸਿਪਾਹੀ, ਤੇ ਉਹਨਾਂ ਨੇ ਨਿੱਕਾ ਜਿਹਾ ਦਰਵਾਜ਼ਾ ਖੋਲਿਆ। ਸਿਪਾਹੀ ਨਿੱਕੇ ਜਿਹੇ ਦਰਵਾਜ਼ੇ ਤੋਂ ਝੁੱਕ ਕੇ ਵੜਦਾ ਤੇ ਅੱਗੇ ਜਾ ਕੇ ਸਲਾਮ ਕਰਦਾ ਵਜੀਦ ਖਾਨ ਨੂੰ, ਤੇ ਮੇਰਾ ਚਿੱਤ ਕਾਲਾ ਪੈ ਗਿਆ ਕਿਤੇ ਸਿਪਾਹੀ ਦੀ ਨਕਲ ਲਾ ਕੇ ਇਹ ਫਤਿਹ ਸਿੰਘ ਸਿਰ ਝੁਕਾ ਕੇ ਨਾ ਅੰਦਰ ਵੜ ਜਾਏ। ਤੇ ਮਾਂ, ਤੇਰੇ ਫਤਿਹ ਸਿੰਘ ਨੇ ਲਾਜ ਪਾਲੀ ਸਿੱਖੀ ਦੀ, ਇਹਨੇ ਧੌਣ ਲਾਰੀ ਪਿੱਛੇ ਨੂੰ ਤੇ ਜੁੱਤੀ ਨੋਕ ਵਾਲੀ ਧਰੀ ਵਜੀਦੇ ਦੀ ਕਚਹਿਰੀ ਵਿੱਚ, ਤੇ ਅੰਦਰ ਵੜ ਕੇ ਗੱਜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਮਣੇ ਉਹ ਫਤਿਹ ਦਾ ਜਵਾਬ ਦੇਣ ਵਾਲਾ ਵੀ ਟੱਕਰ ਜੇ ਫਤਿਹ ਤਾਂ ਵੀ ਨਹੀਂ ਸਾਡੇ ਮੂੰਹ ਚੋਂ ਨਿਕਲਦੀ, ਤੇ ਉੱਥੇ ਤੇ ਕੋਈ ਜਵਾਬ ਦੇਣ ਵਾਲਾ ਹੈ ਹੀ ਨਹੀਂ, ਉੱਥੇ ਕਿਹਨੇ ਜਵਾਬ ਦੇਣਾ? ਪਰ ਬਾਬਿਆਂ ਨੇ ਫਤਿਹ ਬੁਲਾਈ, ਕਿਉਂਕਿ ਗੁਰੂ ਅੰਗ ਸੰਗ ਹੈ, ਗੁਰੂ ਸਰੀਰ ਥੋੜਾ ਜੀ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੈਵਾ, ਭਾਹ ਨਾ ਸੱਕ ਹੈ ਜਲ ਹੈ। ਸਾਡੇ ਗੁਰੂ ਦੀ ਬੇਅਦਬੀ ਕੌਣ ਕਰੂ? ਜਲ ਡੋਬ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ, ਚੋਰ ਚੋਰੀ ਨਹੀਂ ਕਰ ਸਕਦਾ, ਸਿੱਖਾਂ ਦੇ ਗੁਰੂ ਦੀ ਬੇਅਦਬੀ ਕੌਣ ਕਰੂ? ਉਹ ਤੇ ਇੱਥੇ ਵੱਸਦਾ। ਅਕਾਲ ਤਖ਼ਤ ਸਿਧਾਂਤ ਹੈ, ਕੇਸਗੜ੍ਹ ਸਿਧਾਂਤ ਹੈ, ਕੇਸਗੜ੍ਹ ਕੋਈ ਚਾਰ ਇੱਟਾਂ ਢਾਹ ਦੇ ਕੇਸਗੜ੍ਹ ਦੀਆਂ, ਕੇਸਗੜ੍ਹ ਨਹੀਂ ਢਹਿਣ ਲੱਗਿਆ, ਪਰ ਇਹ ਕੇਸਗੜ੍ਹ ਉਦੋਂ ਢਹਿ ਜਾਂਦਾ ਜਦੋਂ ਸਿੱਖ ਦੇ ਸਿਰ ਦੇ ਬੱਚੇ ਦੇ ਨਾ ਸਿਰ ਤੋਂ ਕੇਸ ਕਤਲ ਹੋ ਜਾਣਾ, ਕੇਸਗੜ੍ਹ ਜਾਂਦਾ ਰਿਹਾ। ਵੇਖਿਓ ਕਿਤੇ ਤੁਹਾਡੇ ਬੱਚੇ ਕੇਸਗੜ੍ਹ ਤੇ ਨਹੀਂ ਢਾਈ ਫਿਰਦੇ? ਆਪਣੇ ਬੱਚਿਆਂ ਵੱਲ ਤੱਕਿਓ, ਤੇ ਇਹ ਕਹਿਣਾ ਬੰਦ ਕਰੀਏ ਵੀ ਜਨਰੇਸ਼ਨ ਗੈਪ ਹੈ। ਬੜਾ ਸੋਹਣਾ ਫਿਕਰਾ ਲੱਭਿਆ ਜੀ, ਜਨਰੇਸ਼ਨ ਗੈਪ ਹੈ।
ਕਿਉਂਕਿ ਬੰਦੇ ਤੇ ਜਦੋਂ ਆਪਣੇ ਤੇ ਗੱਲ ਆਉਂਦੀ ਹੈ ਨਾ ਜੀ, ਇਹ ਕਹਿੰਦਾ ਕਲਯੁਗ ਦੇ ਸਿਰ ਲਾ ਦਿਓ ਵੀ ਕਲਯੁਗ ਦਾ ਸਮਾਂ ਜੀ। ਜਿਹੜੇ ਯੁੱਗ ਵਿੱਚ ਬਾਬਾ ਨਾਨਕ ਆਇਆ ਹੋਵੇ ਉਹਨੂੰ ਕਲਯੁਗ ਨਹੀਂ ਕਹਿਣਾ। ਜਿਸ ਯੁੱਗ ਦਾ ਅਵਤਾਰ ਬਾਬਾ ਨਾਨਕ ਹੈ ਉਹ ਕਲਯੁਗ ਕਿਵੇਂ ਹੋਇਆ ਜੀ? ਤੇ ਤੁਹਾਨੂੰ ਪਤਾ ਵੇਦ ਕਹਿੰਦੇ ਆ ਵੀ ਜਿਹਨੂੰ ਉਹਨਾਂ ਨੇ ਮੰਨਿਆ ਸਤਯੁਗ, ਉਹਦੇ ਚ ਰਾਜ ਹਰਨਾਕਸ਼ ਦਾ ਸੀ, ਤੇ ਜਿੱਥੇ ਰਾਜ ਬਾਬੇ ਨਾਨਕ ਦਾ ਹੋਵੇ ਉਹਨੂੰ ਕਲਯੁਗ ਕਹੀ ਜਾਂਦੇ ਆ। ਆਪਣੀਆਂ ਕਮਜ਼ੋਰੀਆਂ ਲੁਕਾਉਣ ਵਾਸਤੇ ਕਿਹੜਾ ਜਨਰੇਸ਼ਨ ਗੈਪ ਜੀ, 1621 ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਹੁੰਦਾ ਤੇ 45 ਸਾਲ ਦੀ ਉਮਰ ਵਿੱਚ ਜਾ ਕੇ ਆਨੰਦ ਕਾਰਜ ਤੋਂ 33 ਸਾਲ ਬਾਅਦ ਗੋਬਿੰਦ ਰਾਏ ਦਾ ਪ੍ਰਕਾਸ਼ ਹੁੰਦਾ। ਕਿੱਥੇ ਗਿਆ ਜਨਰੇਸ਼ਨ ਗੈਪ? ਜਿਹੋ ਜਿਹੇ ਗੁਰੂ ਤੇਗ ਬਹਾਦਰ ਸਾਹਿਬ ਉਹੋ ਜਿਹੇ ਗੁਰੂ ਗੋਬਿੰਦ ਸਿੰਘ ਸਾਹਿਬ, ਤੇ ਜਿਹੋ ਜਿਹੇ ਗੁਰੂ ਗੋਬਿੰਦ ਸਿੰਘ ਸਾਹਿਬ ਉਹੋ ਜਿਹੇ ਚਾਰੇ ਸਾਹਿਬਜ਼ਾਦੇ। 1621 ਤੋਂ ਲੈ ਕੇ 1704 ਤੇ ਜਾ ਕੇ ਮਹਾਰਾਜ ਸਰਬੰਸ ਵਾਰਦੇ ਨੇ। ਕਿੱਥੇ ਗਿਆ ਜੀ ਜਨਰੇਸ਼ਨ ਗੈਪ? ਵੇਖੋ ਕਮੀਆਂ ਹਰ ਇੱਕ ਵਿੱਚ ਨੇ, ਪੂਰਾ ਤੇ ਰੱਬ ਹੀ ਹੈ ਨਾ। ਬੰਦਾ ਬੰਦੇ ਕੋਲ ਆਪਣੀ ਕਮੀ ਲੁਕੋ ਵੀ ਲੈਂਦਾ, ਪਰ ਗੁਰੂ ਕੋਲ ਆ ਕੇ ਕਮੀਆਂ ਨਾ ਲੁਕੋਈਏ, ਗੁਰੂ ਕੋਲ ਆ ਕੇ ਸੱਚ ਬੋਲੀਏ। ਮਹਾਰਾਜ ਜਿਵੇਂ ਦੇ ਬਣਨਾ ਸੀ ਉਵੇਂ ਦੇ ਅਸੀਂ ਬਣੇ ਨਹੀਂ, ਅਸੀਂ ਤਿਆਰ ਪਰ ਤਿਆਰ ਬਣਨਾ ਸੀ ਅਸੀਂ ਬਣੇ ਨਹੀਂ। ਕੋਈ ਕਲਯੁਗ ਦਾ ਬਹਾਨਾ ਲਾ ਕੇ ਆਉਣ ਨੂੰ ਨਿਕਲ ਗਿਆ, ਤੇ ਕੋਈ ਕਹਿੰਦਾ ਜੀ ਜਨਰੇਸ਼ਨ ਗੈਪ ਹੈ। ਆਓ ਜਿੱਥੇ ਬਾਬਿਆਂ ਨੂੰ ਯਾਦ ਕਰ ਰਹੇ ਹੋ ਉਹ ਨਜ਼ਾਰਾ ਅੱਖਾਂ ਦੇ ਸਾਹਮਣੇ ਲੈ ਕੇ ਆਓ। ਨੂਰੀ ਨੂਰੇ ਨੂੰ ਦੱਸਦੀ ਹੈ, ਨੂਰਿਆ ਦੋ ਕਚਹਿਰੀਆਂ ਲੱਗੀਆਂ, ਬਾਬੇ ਸਿਦਕ ਤੋਂ ਨਹੀਂ ਹਾਰੇ। ਤੇ ਜਦੋਂ ਤੀਜੀ ਪੇਸ਼ੀ ਤੀਜੀ ਕਚਹਿਰੀ ਤੋਰਨਾ ਸੀ ਨਾ, ਅੱਜ ਦਾਦੀ ਮਾਂ ਨੇ ਠੰਡੇ ਬੁਰਜ ਤੋਂ ਵੇਖ ਲਿਆ ਵੀ ਉਹ ਸਾਹਮਣੇ ਇੱਟਾਂ ਦੀ ਢੇਰੀ ਲੱਗੀ ਪਈ ਆ। ਦਾਦੀ ਮਾਂ ਨੇ ਵੇਖ ਲਿਆ ਅੱਜ ਗਾਰਾ ਇੱਟਾਂ ਚੂਨਾ ਸਭ ਕੁਝ ਹਾਜ਼ਰ ਹੈ। ਉਹਨੂੰ ਪਤਾ ਲੱਗ ਗਿਆ ਅੱਜ ਇਹਨਾਂ ਨੇ ਮੁੜਨਾ ਨਹੀਂ। ਮੱਥਾ ਚੁੰਮ ਕੇ ਕਹਿੰਦੀ, ਬੇਟੇ ਆਓ ਤੁਹਾਨੂੰ ਮੈਂ ਤਿਆਰ ਕਰਾਂ, ਪਿਆਰੇ ਸੇ ਸਰੋਂ ਪੇ ਕਲਗੀ ਸਜਾ ਤੋ ਲੂੰ, ਮੈਂ ਤੁਹਾਡੇ ਸਿਰਾਂ ਵਿੱਚ ਆਓ ਇਹਨਾਂ ਕੇਸਾਂ ਨੂੰ ਸਵਾਰ ਦਿਆਂ, ਇਹਨਾਂ ਸੋਹਣੀਆਂ ਦਸਤਾਰਾਂ ਦੇ ਉੱਤੇ ਕਲਗੀਆਂ ਲਾ ਦਿਆਂ। ਦੁੰਨਾ ਸਿੰਘ ਹੰਡੂਰੀਆ ਉਹਦੀ ਅਸਲੀ ਲਿਖਤ ਤੇ 84 ਵੇਲੇ ਉਹ ਬੋਰੇ ਭਰ ਭਰ ਲੈ ਗਏ, ਪਰ ਇਹ ਵਿਦਵਾਨਾਂ ਨੇ ਉਹਦਾ ਉਤਾਰਾ ਕੀਤਾ ਸੀ ਤਾਂ ਰਹਿ ਗਿਆ। ਦੁੰਨਾ ਸਿੰਘ ਹੰਡੂਰੀਆ ਕਹਿੰਦਾ ਸ਼ਹਾਦਤ ਵਾਲੇ ਦਿਨ ਤੇ ਬਾਬਿਆਂ ਦੇ ਨੀਲੇ ਬਾਣੇ ਪਾਏ ਨੇ, ਜਿਵੇਂ ਅਸਮਾਨ 'ਚ ਨੀਲੇ ਨੀਲੇ ਬੱਦਲ ਤੁਰੇ ਜਾਂਦੇ ਹੋਣ। ਮੱਥਾ ਚੁੰਮ ਕੇ ਮਾਂ ਨੇ ਤੋਰਨਾ ਸ਼ਹੀਦੀ ਵਾਸਤੇ। ਵੇਖੋ ਆਪਾਂ ਬੱਚਾ ਤੋਰਨਾ ਹੁੰਦਾ ਸਕੂਲ ਵਾਸਤੇ, ਤੇ ਮਾਂ ਉੱਥੇ ਖਿਜੀ ਜਾਵੇ ਵੀ ਕੇਸ ਨਹੀਂ ਵਹਿੰਦੇ, ਦਸਤਾਰ ਕਿਵੇਂ ਬੰਨਾ। ਆਪਾਂ ਸਕੂਲ ਤੋਰਨਾ, ਦਾਦੀ ਮਾਂ ਨੇ ਸ਼ਹੀਦੀ ਵਾਸਤੇ ਤੋਰਨਾ, ਫਰਕ ਵੇਖਣਾ ਜੀ। ਅੱਜ ਦਾਦੀ ਮਾਂ ਨੂੰ ਪਤਾ ਹੈ, ਰੋਜ਼ ਅਰਦਾਸ ਕਰਕੇ ਤੋਰਦੀ ਸੀ ਤੇ ਅੱਜ ਅਰਦਾਸ ਨਹੀਂ ਕੀਤੀ। ਬਾਬਾ ਫਤਿਹ ਸਿੰਘ ਕਹਿੰਦੇ, ਮਾਂ ਤੂੰ ਅਰਦਾਸ ਕਰਨੀ ਭੁੱਲ ਗਈ? ਤੇ ਮਾਂ ਜੀ ਕਹਿੰਦੇ, ਫਤਿਹ ਸਿਆ ਅੱਜ ਮੇਰੀ ਅਰਦਾਸ ਬਹੁਤ ਲੰਬੀ ਹੈ, ਅੱਜ ਜਦੋਂ ਤੁਸੀਂ ਤੁਰੇ ਜਾਣਾ ਨਾ, ਚੱਲ ਪੈਣਾ ਇੱਥੋਂ, ਤੇ ਮੈਂ ਉਦੋਂ ਤੋਂ ਅਰਦਾਸ ਵਿੱਚ ਲੀਨ ਹੋਣਾ, ਮੇਰੀ ਬੜੀ ਵੱਡੀ ਅਰਦਾਸ ਹੈ, ਚੱਲੋ ਮੇਰੇ ਹੀਰਿਓ ਮੈਂ ਪਿੱਛੇ ਆਵਾਂ। ਸੁਣ ਸਿੰਘ ਸੀਤਲ ਦੇ, ਮਾਂ ਕਹਿੰਦੀ ਮੇਰੇ ਹੀਰਿਓ ਚੱਲੋ ਦਾਦੇ ਦੀ ਗੋਦ ਵਿੱਚ ਤੁਸੀਂ ਬਹਿਣਾ, ਤੇ ਤੁਹਾਡੇ ਪਿੱਛੇ ਮੈਂ ਵੀ ਆਈ। ਮਾਂ ਦਲਾਸਾ ਦਿੰਦੀ, ਪਿਆਰ ਦਿੰਦੀ, ਜੁਰਤ ਭਰਦੀ ਹੈ, ਵੇਖਿਓ ਦਾਦੇ ਦੀ ਪੱਗ ਨੂੰ ਦਾਗ ਨਾ ਲਾਇਓ। ਤੇ ਇਤਿਹਾਸਕਾਰ ਨੇ ਕੁਝ ਬੋਲ ਲਿਖੇ ਨੇ ਵੀ ਦਾਦੀ ਮਾਂ ਘੋੜੀਆਂ ਤੇ ਸੁਹਾਗ ਸਾਡੇ ਵਿਰਸੇ ਦਾ ਹਿੱਸਾ ਹੈ। ਅੱਜ ਕੱਲ੍ਹ ਨਹੀਂ ਸਾਨੂੰ ਪਤਾ ਵੀ ਘੋੜੀਆਂ ਕਿਹਦੇ ਘਰ ਗਾਈਆਂ ਜਾਂਦੀਆਂ, ਸੁਹਾਗ ਕਿਹਦੇ ਘਰ ਗਾਏ ਜਾਂਦੇ ਨੇ।
ਧੀ ਵਾਲਿਆਂ ਦੇ ਘਰ ਸੁਹਾਗ ਗਾਏ ਜਾਂਦੇ ਨੇ, ਲੜਕੇ ਵਾਲਿਆਂ ਦੇ ਘਰ ਘੋੜੀਆਂ ਗਾਈਆਂ ਜਾਂਦੀਆਂ ਨੇ। ਇੱਕ ਅਨੋਖੀ ਘੋੜੀ ਮਾਂ ਗੁਜਰੀ ਉਹ ਗਾ ਰਹੀ ਹੈ ਤੇ ਉਸ ਘੋੜੀ ਦੇ ਸ਼ਬਦ ਕੀ ਸਾਨੂੰ ਸੁਨੇਹਾ ਦੇ ਰਹੇ ਨੇ। ਆਓ ਬਾਬਾ ਫਤਿਹ ਸਿੰਘ ਤੇ ਜੁਝਾਰ ਸਿੰਘ ਦੇ ਵੀਰਿਓ ਇਹਨਾਂ ਸ਼ਬਦਾਂ ਨੂੰ ਐਂ ਸੁਣਦੇ ਚਲੇ ਜਾਣਾ ਜੀ। ਸੁਣ ਜੋਰਾਵਰ ਸਿੰਘ ਦੇ ਆ ਵੀਰੇ ਆਵੇ ਸਾਰੇ ਲਾਲਾ ਤੋਂ ਮੈਂ ਗਿਆ ਬਹੁਤ ਆਈ ਦੂਰ ਦੀ ਡਿੱਗੇ ਹੋ
ਸੁਣਿਓ ਵੀਰੋ ਵੇ ਚੱਲੇ ਪਾਉਣ ਸ਼ਹੀਦੀ ਨੂੰ ਆਪੇ ਸੂਪੇ ਨੂੰ ਕੱਖ ਨਾ ਬਾਬਿਆਂ ਨੇ ਸ਼ਹਾਦਤ ਦਾ ਜਾਮ ਪੀਤਾ। ਮਾਤਾ ਗੁਜਰ ਕੌਰ ਨੂੰ 140 ਫੁੱਟ ਉੱਚੇ ਠੰਡੇ ਬੁਰਜ ਤੋਂ ਧੱਕਾ ਦੇ ਕੇ ਜ਼ਾਲਮਾਂ ਸ਼ਹੀਦ ਕੀਤਾ। ਧੰਨ ਮਾਤਾ ਗੁਜਰ ਕੌਰ, ਬਾਬਾ ਫਤਿਹ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਸ਼ਹਾਦਤ ਦਾ ਜਾਮ ਪੀਂਦੇ ਨੇ। ਸਾਧ ਸੰਗਤ, ਗੱਲਾਂ ਕਹਿਣੀਆਂ ਸੌਖੀਆਂ ਨੇ, ਜ਼ਿਬਾ ਕਰਨ ਦਾ ਤਰੀਕਾ ਵੇਖੋ ਕੀ ਹੈ। ਜ਼ਿਬਾ ਕਰ ਦੇਣਾ, ਜ਼ਿਬਾ ਕਰਨ ਲਈ ਇੱਕ ਜਲਾਦ ਮੂਧਾ ਲਟਾ ਕੇ ਸਰੀਰ ਨੂੰ ਪਿੱਛੋਂ ਪੈਰਾਂ ਨੂੰ ਫੜਦਾ ਤੇ ਦੂਸਰਾ ਸੱਜੇ ਹੱਥ ਵਿੱਚ ਛੁਰਾ ਫੜ ਕੇ ਖੱਬਾ ਗੋਡਾ ਸਰੀਰ ਦੇ ਉੱਤੇ ਧਰ ਕੇ ਵਾਲਾਂ ਨੂੰ ਪਿਛਾਂ ਨੂੰ ਖਿੱਚ ਕੇ ਤੇ ਸੱਜੇ ਹੱਥ ਨਾਲ ਫਿਰ ਗਰਦਨ ਤੇ ਛੁਰੀ ਚਲਾਉਂਦਾ। ਦੁਨਾ ਸਿੰਘ ਢੂਰੀਆ ਕੀ ਲਿਖਦੇ ਨੇ, ਕਹਿੰਦਾ ਜ਼ੋਰਾਵਰ ਸਿੰਘ ਕੇ ਪ੍ਰਾਣ ਖੰਡੇ ਕੇ ਸਾਥ ਬੇਗ ਛੁੱਟ ਗਏ ਤੇ ਬਾਬਾ ਫਤਿਹ ਸਿੰਘ ਆਦਿ ਘੜੀ ਚਰਨ ਮਾਰਦੇ ਪਏ। ਕਹਿੰਦਾ ਬਾਬਾ ਫਤਿਹ ਸਿੰਘ ਦਾ ਜਿਹੜਾ ਪੈਰ ਹੈ ਉਹ ਅੱਧੀ ਘੜੀ ਹਿੱਲਦਾ ਰਿਹਾ। ਧੰਨ ਬਾਬਾ ਫਤਿਹ ਸਿੰਘ, ਧੰਨ ਬਾਬਾ ਜ਼ੋਰਾਵਰ ਸਿੰਘ, ਜਿਨ੍ਹਾਂ ਦੀ ਸ਼ਹਾਦਤ ਦੀ ਖਬਰ ਨੂਰਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲ ਲੈ ਕੇ ਪਹੁੰਚਦਾ ਤੇ ਸੱਚੇ ਪਾਤਸ਼ਾਹ ਜੀ ਲੰਮੇ ਜੱਟਪੁਰੇ ਕਾਹੀ ਦਾ ਬੂਟਾ ਪੁੱਟ ਕੇ ਤੇ ਕਹਿੰਦੇ ਨੇ ਜ਼ੁਲਮ ਰਾਜ ਦੀ ਜੜ ਪੱਟੀ ਗਈ ਤੇ ਫਿਰ ਨਾਦੇੜ ਸਾਹਿਬ ਦੀ ਧਰਤੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਤੋਰਿਆ। ਉਹ ਪੁੱਛਦਾ ਸੀ ਮਹਾਰਾਜ ਕਰਨਾ ਕੀ ਹੈ, ਪਾਤਸ਼ਾਹ ਕਹਿੰਦੇ ਤੈਨੂੰ ਸਰਹੰਦ ਦੀ ਦੀਵਾਰ ਦੱਸੂ ਕਰਨਾ ਕੀ ਹੈ। ਤੇ ਜਿੱਥੇ ਜਾਂਦਾ ਸੀ ਬਾਬਾ ਬੰਦਾ ਸਿੰਘ ਇੱਕੋ ਹੀ ਗੱਲ ਸੀ ਉਹਦੇ ਕੋਲੇ, ਆਓ ਸਿੱਖੋ ਸਰਹੰਦ ਦੀ ਦੀਵਾਰ ਆਵਾਜ਼ਾਂ ਮਾਰਦੀ ਹੈ। ਤੇ ਇੱਕ ਸੁਨੇਹੇ ਦੇ ਨਾਲ ਖੇਤਾਂ ਵਿੱਚ ਕੰਮ ਕਰਨ ਵਾਲਿਆਂ ਨੇ ਹਲ ਛੱਡੇ, ਕਾਨਿਆਂ ਦੀਆਂ ਛੱਤਾਂ ਵਿੱਚ ਦਿੱਤੇ ਹੋਏ ਨੇਜੇ ਖਿੱਚ ਲਏ, 10,000 ਸੂਰਮਾ ਚੱਪੜ ਚੜੀ ਦੇ ਮੈਦਾਨ ਵਿੱਚ ਇਕੱਤਰ ਹੋਇਆ, 40,000 ਨਾਲ ਟੱਕਰ ਲੈਂਦਾ, ਲਹੂ ਡੋਲਮੀ ਜੰਗ ਹੋਈ। ਤੇ ਉਸ ਜੰਗ ਦੇ ਅੰਦਰ ਬਜੀਦ ਖਾਂ, ਬਾਬਿਆਂ ਨੇ ਕਿਹਾ ਸੀ ਨਾ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਅਕਾਲ ਕਿਸੀ ਸ਼ਹਿਨਸ਼ਾਹ ਕੀ ਸ਼ਾਨ ਸੇ, ਬਜੀਦਾ ਮਾਰ ਕੇ ਉਹ ਦਰਖਤ ਨਾਲ ਟੰਗਿਆ, ਨਾ ਧਰਤੀ ਨੇ ਝੱਲਿਆ ਨਾ ਆਸਮਾਨ ਨੇ ਝੱਲਿਆ, ਇਲਾ ਮਾਸ ਲੈ ਗਈਆਂ ਟੰਗੇ ਸਰੀਰ ਦਾ। ਸਾਧ ਸੰਗਤ, ਫਿਰ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਬਾਬਾ ਬਾਜ ਸਿੰਘ ਨੂੰ ਬਣਾਉਂਦੇ ਨੇ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਨਾਂ ਦੀ ਮੋਹਰ ਜਾਰੀ ਕਰਦੇ ਨੇ। ਤੇ ਅੱਜ ਵਾਲੇ ਲੀਡਰ ਨਹੀਂ ਵੀ ਐਂਬੂਲੈਂਸਾਂ ਤੇ ਵੀ ਆਪਣੇ ਨਾਮ ਲਿਖ ਦਿਓ, ਇਹ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਸੀ।
ਜਿਹਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ, ਜਿਹੜਾ ਵਾਹੁੰਦਾ ਜ਼ਮੀਨ ਉਸੇ ਦੀ, ਨਹੀਂ ਤੇ ਕਿਹੜਾ ਕਿਸਾਨੀ ਮੋਰਚਾ ਲੱਗਣਾ ਸੀ, ਕਿੱਥੇ ਹੋਣੀਆਂ ਸੀ ਸਾਡੀਆਂ ਜ਼ਮੀਨਾਂ। ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਦਾ ਨਮੂਨਾ ਪੇਸ਼ ਕਰਕੇ ਦਿਖਾਇਆ। ਉਹਨਾਂ ਬਾਬਿਆਂ ਦੀ ਯਾਦ ਵਿੱਚ ਜੁੜ ਬੈਠੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਵਡਿਆਈ ਇਹ ਨਿੱਕੀ ਜਿਹੀ ਜ਼ਬਾਨ ਕੀ ਕਰ ਸਕਦੀ ਹੈ। ਐਡੀ ਵੱਡੀ ਕਲਮ ਦਾ ਮਾਲਕ, ਹਰ ਚੰਦ ਮੇਰੇ ਹੱਥ ਮੇਂ ਪਰਜ਼ੋਰ ਕਲਮ ਹੈ, ਸਤਿਗੁਰ ਕੇ ਲਿਖੂ ਵਸਫ ਕਹਾਂ ਤਾਬੇ ਰਕਮ ਹੈ। ਕਹਿੰਦਾ ਮੇਰੀ ਕਲਮ 'ਚ ਇੰਨੀ ਸਮਰੱਥਾ ਨਹੀਂ ਕਲਗੀ ਵਾਲਿਆ ਕਿ ਤੇਰੀ ਸਿਫਤ ਕਹਿ ਸਕਾਂ। ਨਾਨਕ ਕੀ ਕਸਮ ਹੈ, ਅੱਲਾ ਕੀ ਸੁਗੰਧ ਹੈ, ਜਿਤਨੀ ਵੀ ਤਾਰੀਫ ਹੋ ਗੋਬਿੰਦ ਕੀ ਵੋ ਕਮ ਹੈ। ਇੱਕ ਆਂਖ ਸੇ ਕਿਆ ਬੁਲਬਲਾ, ਫੁਲਵਹਿਰ ਕੋ ਦੇਖੇ, ਸਾਗਰ ਕੋ ਦੇਖੇ, ਮੰਝਧਾਰ ਕੋ ਦੇਖੇ ਜਾਂ ਲਹਿਰ ਕੋ ਦੇਖੇ, ਅਸੀਂ ਤੇ ਇੱਕ ਨਿੱਕੇ ਜਿਹੇ ਬੁਲਬਲੇ ਹਾਂ, ਉਸ ਸਮੁੰਦਰ ਨੂੰ ਕਿਵੇਂ ਵੇਖ ਸਕਦੇ ਹਾਂ। ਵੱਡੇ ਦੀਆਂ ਵੱਡੀਆਂ ਵਡਿਆਈਆਂ, ਇੱਕੋ ਹੀ ਤਰੀਕਾ ਹੈ ਵਡਿਆਈ ਵੱਡਾ ਪਾਇਆ। ਉਹਦੀ ਪ੍ਰਾਪਤੀ ਦਾ ਕੀ ਤਰੀਕਾ ਜੀ? ਉਹਦੀ ਸਿਫਤ ਉਹਦੇ ਵਿੱਚ ਲੀਨ ਕਰ ਦਿੰਦੀ ਹੈ। ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣਾ ਜਾਏ। ਆਪ ਜੀ ਨੇ ਬਹੁਤ ਹੀ ਪਿਆਰ ਵਿੱਚ ਬੈਠ ਕੇ, ਇੰਨੀ ਧੁੰਦ ਵਿੱਚ ਬੈਠ ਕੇ ਬਾਬਿਆਂ ਦੀ ਉਸ ਸ਼ਹਾਦਤ ਦਾ ਅਸਲ ਅਹਿਸਾਸ ਆਪਣੇ ਮਨਾਂ ਵਿੱਚ ਲਿਆ ਹੈ। ਸੱਚਮੁੱਚ 19 ਸਾਲਾਂ ਤੋਂ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਸੇਵਾ ਸੁਸਾਇਟੀ ਇਹ ਨਿਵੇਕਲਾ ਕਾਰਜ ਕਰਦੀ ਆ ਰਹੀ ਹੈ, ਪਰ ਬਾਬਿਆਂ ਨੇ ਆਪ ਕਿਰਪਾ ਕਰਕੇ ਜਿਹੜਾ ਅੱਜ ਦਾ ਸਮਾਂ ਇਸ ਅਸਥਾਨ ਤੇ ਉਹਨਾਂ ਦੀ ਯਾਦ ਦੇ ਵਿੱਚ ਲੰਘਿਆ ਨਾ, ਇਹ ਵੱਡੀ ਬਖਸ਼ਿਸ਼ ਹੋਈ ਹੈ ਜਗਰਾਉਣ ਦੀ ਸੰਗਤ ਦੇ ਉੱਤੇ। ਬਾਬਿਆਂ ਦੀ ਕਿਰਪਾ ਇਸੇ ਤਰ੍ਹਾਂ ਬਣੀ ਰਹੇ, ਸਾਨੂੰ ਆਪਣੇ ਬਾਬਿਆਂ ਦੀ ਪਛਾਣ ਬਣੀ ਰਹੇ। ਸਾਡੇ ਬਾਬੇ ਕੌਣ ਹਨ? ਜਿਹੜੇ ਨੀਹਾਂ 'ਚ ਖਲੋਤੇ ਨੇ। ਸਾਡੇ ਬਾਬੇ ਉਹ ਨਹੀਂ ਜਿਨ੍ਹਾਂ ਨੇ ਮੱਖੀ ਉਡਾਉਣ ਦੇ ਲਈ ਮਗਰ ਤੌਲੀਏ ਵਾਲਾ ਖੜਾਇਆ ਹੁੰਦਾ ਵੀ ਤੂੰ ਮੱਖੀ ਉਡਾ ਮੇਰੇ ਤੋਂ। ਜੇ ਇੱਦਾਂ ਦੇ ਬਾਬੇ ਹੁੰਦੇ ਚਮਕੌਰ ਗੜੀ ਵਿੱਚ ਤੇ ਰੰਗ ਲੱਗ ਜਾਂਦਾ। ਸਾਧ ਸੰਗਤ, ਸਾਡੇ ਬਾਬੇ ਉਹ ਨੇ ਜਿਹੜੇ ਮੌਤ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨੀ ਜਾਣਦੇ ਨੇ। ਬਾਬਿਆਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ। ਦਾਸ ਦੇ ਜੱਥੇ ਪਾਸੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਓ ਜੀ। ਹੁਕਮ ਹੈ, ਇੱਥੇ ਹੀ ਸਮਾਪਤੀ ਹੈ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।